ਕਰਦੇ ਰਹਾਂਗੇ, ਟਰਾਈ ਕਰਦੇ ਰਹਾਂਗੇ। ਸਾਜਨ ਦੋ ਸਾਲ ਦੇ ਦੱਸ ਮਲੇਸ਼ੀਆ ਬਾਰੇ ਯਾਰ, ਕਿੱਦਾਂ ਮਲੇਸ਼ੀਆ ਵਧੀਆ ਕੰਟਰੀ, ਕਿੱਦਾਂ ਤੇਰਾ ਐਕਸਪੀਰੀਅੰਸ ਰਿਹਾ ਇੱਥੇ? ਮੇਰਾ ਰਿਹਾ ਜਿੱਥੇ ਦਾ, ਮੈਨੂੰ ਤਾਂ ਆਪਾਂ ਨੂੰ ਤਾਂ ਦੂਜੀ ਜ਼ਿੰਦਗੀ ਦਿੱਤੀ ਆ ਬਈ। ਅੱਛਾ, ਮਾੜੀ ਕਹਿੰਦੇ ਨੇ ਇਹਨੂੰ ਬਹੁਤ, ਜਿਹੜੇ ਬੰਦੇ ਨੇ ਕੰਮ ਕਰਨਾ ਯਾਰ, ਜਿਹੜਾ ਬੰਦਾ ਕੰਮ ਕਰ ਸਕਦਾ ਉਹਦੇ ਵਾਸਤੇ ਤਾਂ ਸਹੀ ਹੋਈ ਹੈ। ਸਹੀ ਗੱਲ, ਅਗਲਾ ਇੱਥੇ ਆ ਗਿਆ ਉਹਦਾ। ਇੱਥੇ ਹੁਣ ਕਈ ਬੰਦੇ ਹੈਗੇ ਇੱਥੇ ਇੱਥੇ ਰਹਿ ਕੇ ਕੈਨੇਡਾ ਅਮੈਰੀਕਾ ਨਾਲ ਵੱਧ ਕਮਾਈ ਕਰਦੇ ਆ ਵੱਧ। ਹਾਂ, ਇੱਥੇ ਅਗਲਿਆਂ ਦਾ ਅਮਰੀਕਾ ਕੈਨੇਡਾ ਵਿੱਚ ਬੜਾ ਬੈਠਾ ਗਾਂ ਲਿਆ ਗੱਡੀ ਦਾ ਲੈਸਟਿੰਗ ਪੀ ਹੈ ਯਾਰ। जुड़े रहो इस चैनल नाल, सबस्क्राइब कर दिया करो। तेरे जट दी पूरी चढ़ाई सोनी जानी जा चलो बाकी किस्मत ते डिपेंड आ, देख रहे की बनता। आपां मेहनत करते रहेंगे, ट्राई करते रहेंगे। साजन दो साल दे दस मलेशिया बारे यार, ਕਿੱਦਾਂ ਮਲੇਸ਼ੀਆ ਵਧੀਆ ਕੰਟਰੀ, ਕਿੱਦਾਂ ਤੇਰਾ ਐਕਸਪੀਰੀਅੰਸ ਰਿਹਾ ਇੱਥੇ? ਮੇਰਾ ਰਿਹਾ ਜਿੱਥੇ ਦਾ, ਮੈਨੂੰ ਤਾਂ ਆਪਾਂ ਨੂੰ ਤਾਂ ਦੂਜੀ ਜ਼ਿੰਦਗੀ ਦਿੱਤੀ ਆ ਬਈ। ਅੱਛਾ, ਮਾੜੀ ਕਹਿੰਦੇ ਨੇ ਇਹਨੂੰ ਬਹੁਤ, ਜਿਹੜੇ ਬੰਦੇ ਨੇ ਕੰਮ ਕਰਨਾ ਯਾਰ, ਜਿਹੜਾ ਬੰਦਾ ਕੰਮ ਕਰ ਸਕਦਾ ਉਹਦੇ ਵਾਸਤੇ ਤਾਂ ਸਹੀ ਹੋਈ ਹੈ। ਸਹੀ ਗੱਲ, ਅਗਲਾ ਇੱਥੇ ਆ ਗਿਆ ਉਹਦਾ। ਇੱਥੇ ਹੁਣ ਕਈ ਬੰਦੇ ਹੈਗੇ ਇੱਥੇ ਇੱਥੇ ਰਹਿ ਕੇ ਕੈਨੇਡਾ ਅਮੈਰੀਕਾ ਨਾਲ ਵੱਧ ਕਮਾਈ ਕਰਦੇ ਆ ਵੱਧ। ਹਾਂ, ਇੱਥੇ ਅਗਲਿਆਂ ਦਾ ਅਮਰੀਕਾ ਕੈਨੇਡਾ ਹੈਗਾ। ਬਿਲਕੁਲ ਸਹੀ, ਜਿਹਨੇ ਕੰਮ ਕਰਨਾ ਉਹ ਪਿੰਡ ਰਹਿ ਕੇ ਵੀ ਕਰ ਲੂ, ਤੇ ਜਿਹਨੇ ਨਹੀਂ ਕਰਨਾ ਕੁਛ ਇੱਥੇ ਆ ਕੇ ਵੀ ਨਹੀਂ ਕਰਨਾ। ਬਾਕੀ ਪਤਾ ਇੱਥੇ ਉਹੀ ਹੈ, ਇਕੱਲਾ ਪੇਪਰਾਂ ਦਾ ਹੈਗਾ, ਉਹ ਇਕੱਲਾ ਮੈਰਿਜ ਤੇ ਹੁੰਦਾ ਹੈਗਾ, ਬਾਕੀ ਤਾਂ ਹਾਂ ਇੱਥੇ ਬਸ ਪਰਮਿਟ ਲਵਾਉਣਾ ਪੈਂਦਾ ਵਾ ਹਰ ਸਾਲ, ਹੋਰ ਕੋਈ ਸਹੂਲਤ ਨਹੀਂ ਹੈਗੀ ਕੋਈ। ਪੱਕਾ ਨਹੀਂ ਹੋ ਸਕਦਾ ਜਣੀ, ਹਾਂ ਪੱਕਾ ਨਹੀਂ ਹੋ ਸਕਦਾ। ਵਿਆਹ ਕਰਾ ਕੇ ਹੁੰਦੇ ਹੈਗੇ, ਵਿਆਹ ਕਰਾ ਕੇ ਵੀ ਉਹ 10-15 ਸਾਲ ਲੱਗ ਜਾਂਦੇ ਆ। ਬਿਲਕੁਲ ਸਹੀ ਗੱਲ। ਸੋ ਅਦਰਵਾਈਜ਼ ਓਕੇ ਆ, ਇੱਕ ਨੰਬਰ ਆ ਕੰਟਰੀ। ਹਾਂ, ਕੰਟਰੀ ਇੱਕ ਨੰਬਰ ਆ। ਕੰਮ ਪੱਖੋਂ ਵੀ ਬਹੁਤ ਆ, ਕੰਮ ਵਾਧੂ, ਜਿੰਨਾ ਸੈਲਰੀ ਵੀ, ਸੈਲਰੀ ਵੀ ਵਧੀਆ। ਇੱਕ ਤਾਂ ਟੇਕੇ ਕੰਮ ਕਰੀ ਜਾਵੇ ਬੰਦਾ, ਲੱਗਦੇ ਸਾਰ ਤਾਂ ਹੁਣ ਅਸੀਂ ਵੀ 1200-1200 ਤੇ ਲੱਗੇ ਸੀ, ਹੌਲੀ ਹੌਲੀ ਬਣਦਾ ਕੰਮ ਯਾਰ। ਬਿਲਕੁਲ, ਆਉਂਦਿਆਂ ਨੂੰ ਹੁਣ ਇਹਨਾਂ ਨੂੰ 5000 ਰਿੰਗਟ ਕੌਣ ਸੈਲਰੀ ਦੇ? ਹਾਂ, ਕੋਈ ਬਾਕੀ ਬਿਠਾ ਕੇ ਨਹੀਂ ਦਿੰਦਾ। ਦੇਖ ਲਓ 1200 ਤੇ ਲੱਗਿਆ ਸੀ ਵੀਰ, ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਆ, 1200 ਦਾ ਕਿੰਨਾ ਹੁਣ ਦੇ ਟਾਈਮ 20000 ਬਣਦਾ। ਸੋ ਹੌਲੀ ਹੌਲੀ ਸੈਲਰੀ 2000-3000-4000 ਇੱਦਾਂ ਸੈਲਰੀ ਵੱਧਦੀ ਆ ਜੇ ਇਨਸਾਨ ਟਿਕ ਕੇ ਕੰਮ ਕਰੇ। ਬਾਹਲੀ ਸੋਹਣੀ ਕੰਟਰੀ ਆ ਦੇਖਣ ਨੂੰ ਵੀ, ਉੱਦਾਂ ਵੀ ਫਿਰ ਉਹ ਕੋਈ ਤੁਹਾਨੂੰ ਤੰਗ ਨਹੀਂ ਕਰਦਾ ਫਾਲਤੂ ਦਾ, ਬਸ ਦਿਲ ਲਾ ਕੇ ਕੰਮ ਕਰੋ। ਸੋ ਇੱਦਾਂ ਆ ਗੱਲਬਾਤ। ਸੋ ਬਾਕੀ ਤੁਹਾਨੂੰ ਹੋਰ ਵੀ ਜਾਣਕਾਰੀ ਦਿੰਦੇ ਰਹਾਂਗੇ ਆਪਾਂ। ਸਾਰੇ ਜਣੇ ਸਬਸਕ੍ਰਾਈਬ ਕਰ ਦਿਓ ਚੈਨਲ, ਬਸ ਅੱਗੇ ਭੇਜ ਦਿਓ। ਸੋ ਦੋਸਤੋ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ, ਆਪਾਂ ਆਪਣੀ ਸਟਿੰਗ ਪੀ ਲਈਏ, ਇੰਜੋਏ ਕਰ ਲਈਏ। ਦੇਖੋ ਤੇਰੀ ਯਾਰ ਦੀ ਪੂਰੀ ਹੈ ਚੜ੍ਹਾਈ ਸੋਹਣੀ। ਹੈਲੋ ਗਾਈਸ, ਵੈਲਕਮ ਬੈਕ ਨਿਊ ਵੀਡੀਓ। ਸੋ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਸਭ ਤੋਂ ਸਸਤੇ ਆਈਫੋਨ, ਚੀਪੈਸਟ ਪ੍ਰਾਈਸ ਆਈਫੋਨ ਇਨ ਪਨਾਂਗ ਆਈਲੈਂਡ ਮਲੇਸ਼ੀਆ। ਸੋ ਆਪਾਂ ਚੱਲਦੇ ਹਾਂ ਮੋਲ ਦੇ ਵਿੱਚ, ਉਹ ਪਿੱਛੇ ਦੇਖ ਰਹੇ ਹੋ ਉਹ ਵਾਲਾ ਸ਼ੋਪਿੰਗ ਮੋਲ ਆ, ਬਹੁਤ ਵੱਡਾ ਬਿਗੈਸਟ ਸ਼ੋਪਿੰਗ ਮੋਲ। ਸੋ ਪਿੱਛੇ ਜਾਂਦੇ ਹਾਂ, ਉੱਥੇ ਤੁਹਾਨੂੰ ਦਿਖਾਵਾਂਗੇ ਸਭ ਤੋਂ ਸਸਤੇ ਆਈਫੋਨ। ਸੋ ਹੋਰ ਵੀ ਬਹੁਤ ਚੀਜ਼ਾਂ ਨੇ ਉੱਥੇ, ਹੈ ਨਾ, ਸ਼ੋਪਿੰਗ ਕਰਨ ਵਾਸਤੇ, ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਹੁਣ ਜਾ ਕੇ। ਸੋ ਆਪਾਂ ਸਿੱਧਾ ਚੱਲਦੇ ਹਾਂ, ਮਿਲਦੇ ਹਾਂ ਤੁਹਾਨੂੰ ਉੱਥੇ। ਥੈਂਕ ਯੂ ਸੋ ਮਚ।